ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲਾਗ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਗੁਜਰੇਲੇ ਦੀ ਵੀਡੀਓ ਹੁਣ ਸਰਦੀਆਂ ਦਾ ਮੌਸਮ ਆ ਤੇ ਜਿਹੜਾ ਖੋਆ ਜਾਂ ਗੁਜਰੇਲਾ ਬਹੁਤ ਜਾਂਦੇ ਟੇਸਟੀ ਲੱਗਦਾ ਹੈ ਠੰਡ ਵੀ ਕਾਫੀ ਪੈ ਰਹੀ ਆ ਤੇ ਇਸ ਤੋਂ ਬਾਅਦ ਜਿਹੜਾ ਫੇਰ ਸਵਾਲ ਲੱਗ ਨੂੰ ਹਟ ਜਾਂਦਾ ਤੇ ਆਪਾਂ ਅੱਜ ਬਣਾਵਾਂਗੇ ਗੁਜਰੇਲਾ ਇੱਥੇ ਆਪਾਂ ਕੜਾਈ 'ਚ ਦੁੱਧ ਪਾ ਲਿਆ ਆਪਾਂ ਇਹਨੂੰ ਪੱਠੀ ਤੇ ਬਣਾਉਨੇ ਹੁੰਨੇ ਆ ਖੋਆ ਬਣਾਉਣਾ ਹੋਵੇ ਜੰਗ ਜਰੇਲਾ ਬਣਾਉਣਾ ਹੋਵੇ ਆਪਾਂ ਪੱਠੀ ਤੇ ਬਣਾਉਨੇ ਹੁੰਨੇ ਆ ਇੱਥੇ ਆਪਾਂ ਦੁੱਧ ਕੜਾਈ ਦੇ ਵਿੱਚ ਪਾ ਲਿਆ ਤੇ ਜਦ ਦੁੱਧ ਨੂੰ ਆਪਾਂ ਉਵਾਲ ਆਉਣਾ ਸ਼ੁਰੂ ਹੋ ਗਿਆ ਉਬਲਣਾ ਸ਼ੁਰੂ ਹੋ ਗਿਆ ਤੇ ਜਿਹੜਾ 10 ਕਿਲੋ ਦੇ ਕਰੀਬ ਆ ਦੁੱਧ ਹੈਗਾ ਆਪਣਾ ਤੇ ਇਹਨੂੰ 1.5 ਤੋਂ 2 ਘੰਟੇ ਲੱਗ ਜਾਂਦੇ ਆ ਜਿਹੜਾ ਖੋਆ ਬਣਨ ਵਾਸਤੇ ਤੇ ਆਪਾਂ ਇਹਨੂੰ ਨਾਲ ਦੀ ਨਾਲ ਆਪਾਂ ਥੋੜਾ ਥੋੜਾ ਆਪਾਂ ਜਿਹੜੀਆਂ ਕਲਿੱਪਾਂ ਲਵਾਂਗੇ ਕਿਉਂਕਿ ਜੇ ਆਪਾਂ ਸਾਰਾ ਪ੍ਰੋਸੈਸ ਦਿਖਾਉਨੇ ਆ ਹਨਾ ਖਵਾ ਬੰਦੇ ਦਾ ਤੇ ਉਹ ਬਹੁਤ ਲੰਬਾ ਹੋ ਜਾਂਦਾ ਤੇ ਆਪਾਂ ਜਿਹੜੀਆਂ ਗਾਜਰਾਂ ਵਿੱਚ ਨਹੀਂ ਪਾਈਆਂ ਨਹੀਂ ਆਮ ਆਪਾਂ ਗਾਜਰਾਂ ਵਿੱਚ ਦੁੱਧ ਪਲਦੇ ਦੇ ਵਿੱਚ ਪਾ ਲੈਨੇ ਆ ਆਪਾਂ ਪਹਿਲਾਂ ਬਣਾਵਾਂਗੇ ਖੋਆ ਤੇ ਬਾਅਦ ਚ ਆਪਾਂ ਜਿਹੜੀਆਂ ਗਾਜਰਾ ਉਹਨਾਂ ਨੂੰ ਪੁੰਨਾਂਗੇ ਪਹਿਲਾਂ ਆਪਾਂ ਜਿਹੜਾ ਦੁੱਧ ਤੋਂ ਖੁਆ ਕੱਢ ਲੈਨੇ ਆ ਜਦੋਂ ਆਪਣਾ ਖੁਆ ਚੰਗੀ ਤਰ੍ਹਾਂ ਬਣ ਗਿਆ ਉਹਨੂੰ ਅਲੱਗ ਭਾਂਡੇ 'ਚ ਕੱਢਾਂਗੇ ਤੇ ਇੱਧਰ ਜਿਹੜੀਆਂ ਆਪਾਂ ਗਾਜਰਾਂ ਵੀ ਕੱਦੂਕਾਸ ਕਰ ਲਈਆਂ ਤੇ ਖੁਆ ਜਿਹੜਾ ਆਪਣਾ ਬਣ ਗਿਆ ਤੇ ਇਹਨੂੰ ਆਪਾਂ ਇੱਕ ਅਲੱਗ ਭਾਂਡੇ 'ਚ ਕੱਢ ਲੈਨੇ ਆ ਤੇ ਜਿਹੜਾ ਤੁਸੀਂ ਇਸ ਤਰ੍ਹਾਂ ਜਿਹੜਾ ਗਜਰੇਲਾ ਬਣਾ ਕੇ ਦੇਖੋ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਇੱਧਰ ਆਪਾਂ ਜਿੰਨਾ ਆਪਣਾ ਦੁੱਧ ਸੀਗਾ ਓਨੀਆਂ ਹੀ ਆਪਾਂ ਗਾਜਰਾ ਲਈਆਂ ਅਸੀਂ ਜਿਹੜਾ ਗਜਰੇਲਾ ਇਦਾਂ ਹੀ ਬਣਾਉਨੇ ਹੁੰਨੇ ਹਰ ਵਾਰ ਆਪਾਂ ਦੁੱਧ ਦੇ ਵਿੱਚ ਓਦਾਂ ਕਾੜ ਕੇ ਗਾਜਰਾ ਨਹੀਂ ਬਣਾਉਂਦੇਗੇ ਓਵੇਂ ਜਿਹੜਾ ਸਾਨੂੰ ਟੇਸਟੀ ਨਹੀਂ ਲੱਗਦਾ ਤੇ ਇਹਵੇਂ ਜਿਹੜਾ ਗਜਰੇਲਾ ਬਿਲਕੁਲ ਹਲਵਾਈ ਦੀ ਤਰ੍ਹਾਂ ਬਣ ਜਾਂਦਾ ਤੇ ਆਪਾਂ ਇਹਦੇ ਵਿੱਚ ਇੱਕ ਕਣਕੀ ਘਿਓ ਦੀ ਲਵਾਂਗੇ ਜਿਆਦਾ ਜਿਹੜਾ ਘਿਓ ਇਹਦੇ ਵਿੱਚ ਨਹੀਂ ਪੈਂਦਾ ਕਿਉਂਕਿ ਆਪਣੇ ਖੋਏ ਦੇ ਵਿੱਚ ਵੀ ਘਿਓ ਹੁੰਦਾ ਤੇ ਆਪਾਂ ਗਾਜਰਾ ਕਦੋਂ ਕਸ ਕਰ ਲਈਆਂ ਤੇ ਆਪਾਂ ਘਿਓ ਪਾ ਲਿਆ ਤੜਕੇ ਵਾਸਤੇ ਤੇ ਆਪਾਂ ਗਾਜਰਾ ਹੁਣ ਸਾਰੀਆਂ ਪਾ ਲਾਂਗੇ ਤੇ ਜਿਹੜੀਆਂ ਗਾਜਰਾ ਵੀ ਆ ਪੱਕਣ ਨੂੰ 10 ਤੋਂ 15 ਮਿੰਟ ਲੱਗ ਜਾਂਦੇ ਆ ਤੇ ਆਪਾਂ ਹੌਲੀ-ਹੌਲੀ ਹਿਲਾ ਕੇ ਜਿਹੜੀਆਂ ਗਾਜਰਾ ਮਿਕਸ ਕਰ ਲੈਣੇ ਆ ਤੇ ਇੱਕ ਗੱਲ ਛੀ ਆਪਾਂ ਘਿਓ ਦੀ ਪਾਈ ਸੀ ਜਿਆਦਾ ਜਿਹੜਾ ਘਿਓ ਆਪਾਂ ਨਹੀਂ ਪਾਇਆਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣੇ ਆ ਕੜਾਈ ਨੂੰ ਤੇ ਇੱਥੇ ਜਿਹੜਾ ਜਦੋਂ ਆਪਾਂ ਗਾਜਰਾ ਭੁੰਨਣੀਆਂ ਤੇ ਗੈਸ ਵੀ ਜਿਹੜਾ ਆ ਪੂਰਾ ਤੇਜ਼ ਰੱਖਿਆ ਸੀ ਆਪਾਂ ਕਿਉਂਕਿ ਤੇ ਤੇਜ ਅੱਗ ਤੇ ਫਿਰ ਜਿਹੜਾ ਤੇ ਜਿਹੜੀਆਂ ਆਪਣੀਆਂ ਗਾਜਰਾਂ ਐ ਪੁੱਜਦੀਆਂ ਪੱਕਦੀਆਂ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਹਲਾ ਕੇ ਚੰਗੀ ਤਰ੍ਹਾਂ ਪਕਾ ਲੈਣੇ ਆ ਜਦੋਂ ਅਧਿਕ ਤੱਕ ਆਪਣੀਆਂ ਜਿਹੜੀਆਂ ਗਾਜਰਾਂ ਪੱਕ ਗਈਆਂ ਫਿਰ ਆਪਾਂ ਚੀਨੀ ਪਾਵਾਂਗੇ ਇਹਦੇ ਚ ਤੇ ਆਪਣੀਆਂ ਗਾਜਰਾਂ ਕਾਫੀ ਮੋ ਹੱਦ ਤੱਕ ਪੱਕ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਚੀਨੀ ਇਹ ਆਪਾਂ ਜਿਹੜੀ ਆ ਚੀਨੀ ਮੋਟੀ ਚੀਨੀ ਆ ਉਹ ਉਹਦਾ ਹੀ ਪਾਈ ਆ ਕਿਉਂਕਿ ਇਹ ਗਾਜਰਾਂ ਚੋਂ ਵੀ ਹਜੇ ਪਾਣੀ ਨਿਕਲਦਾ ਤੇ ਜਿਹੜੀ ਚੀਨੀ ਆ ਇਹ ਵੀ ਮੈਲਟ ਹੋ ਕੇ ਦਾ ਵੀ ਪਾਣੀ ਬਣ ਜਾਣਾ ਤੇ ਇਹ ਫਿਰ ਜਿਹੜਾ ਦੋਨਾਂ ਗਾਜਰਾਂ ਦਾ ਤੇ ਚੀਨੀ ਵਾਲਾ ਪਾਣੀ ਇਕੱਠਾ ਹੀ ਜਿਹੜਾ ਸੁੱਕ ਜਾਂਦਾ ਹੈ ਅਲੱਗ-ਅਲੱਗ ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਜੇ ਬਾਅਦ ਚੋਂ ਆਪਾਂ ਚੀਨੀ ਪਾਉਨੇ ਆ ਤੇ ਆਪਣਾ ਜਿਹੜਾ ਪਾਣੀ ਸੁੱਕ ਗਿਆ ਗਾਜਰਾਂ ਦਾ ਆਪਾਂ ਜਿਹੜਾ ਪਾਣੀ ਹੈ ਗਾਜਰਾਂ ਦਾ ਵਿੱਚ ਹੀ ਸਕਾਉਣਾ ਅੱਧਿਕ ਤੱਕ ਥੋੜਾ ਰਹਿ ਗਿਆ ਤੇ ਹੁਣ ਆਪਾਂ ਇਹਦੇ ਚ ਜਦੋਂ ਬਿਲਕੁਲ ਪਾਣੀ ਸੁੱਕ ਗਿਆ ਗਾਜਰਾਂ ਜਮੇ ਸੁੱਕੀਆਂ ਹੋ ਗਈਆਂ ਤੇ ਆਪਾਂ ਜਿਹੜਾ ਖੋਆ ਉਹ ਵਿੱਚ ਮਿਕਸ ਕਰ ਦਿਆਂਗੇ ਤੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਇਦਾਂ ਕੁੱਟ ਕੇ ਕੁੰਡੇ ਨਾਲ ਮਿਕਸੀ ਚ ਤਾਂ ਜ਼ਿਆਦਾ ਪਾਊਡਰ ਬਣ ਜਾਂਦਾ ਆਪਾਂ ਇਹਨਾਂ ਨੂੰ ਹਲਕਾ ਹਲਕਾ ਕੁੰਡੇ ਨਾਲ ਕੁੱਟ ਲਾਂਗੇ ਮੋٹے ਮੋٹے ਜਿਹੜੇ ਗਜਰੇਲੇ ਚ ਡਰਾਈ ਫਰੂਟ ਬਹੁਤ ਵਧੀਆ ਲੱਗਦੇ ਆ ਬਹੁਤ ਟੇਸਟੀ ਲੱਗਦੇ ਆ ਤੇ ਥੋੜੇ ਜਿਹਾ ਆਪਾਂ ਰੱਖ ਲਏ ਸੀਗੇ ਕਾਜੂ ਇਹ ਆਪਾਂ ਗਾਰਨਿਸ਼ ਆਸਤੇ ਤੇ ਆਪਣਾ ਜਿਹੜਾ ਇੱਧਰ ਗਾਜਰਾਂ ਵੀ ਕਾਫੀ ਹੱਦ ਤੱਕ ਪੱਕ ਗਈਆਂ ਹਾਂਜੀ ਇੱਧਰ ਜਿਹੜਾ ਆਪਣਾ ਗਜਰੇਲਾ ਬਣ ਗਿਆ ਤੇ ਜਿਹੜੀ ਵੀਡੀਓ ਆਪਾਂ ਖੋਆ ਵਿੱਚ ਮਿਕਸ ਕੀਤਾ ਉਹ ਜਿਹੜੀ ਸਕਿਪ ਹੋ ਗਈ ਆ ਵੀਡੀਓ ਬਣੀ ਨਹੀਂ ਗਈ ਕੈਮਰਾ ਨਹੀਂ ਚੱਲਿਆ ਆਪਣਾ ਤੇ ਇੱਥੇ ਆਪਾਂ ਗਜਰੇਲਾ ਜਿਹੜਾ ਟ੍ਰੇ 'ਚ ਪਾਤਾ ਸੀ ਸਾਰਾ ਵੀਡੀਓ ਬਣਾਈਆ ਪਰ ਉਹ ਪਤਾ ਨਹੀਂ ਕਿਵੇਂ ਡਿਲੀਟ ਹੋ ਗਈ ਆ ਪਤਾ ਨਹੀਂ ਲੱਗਿਆ ਤੇ ਹਾਂ ਇਹਦੇ ਪੀਸ ਕੱਟ ਲੈਣੇ ਆ ਤੇ ਦੇਖੋ ਗਜਰੇਲਾ ਜਿਹੜਾ ਬਹੁਤ ਵਧੀਆ ਬਣਿਆ ਤੇ ਇੱਧਰ ਇੱਕ ਸਾਈਡ ਤੇ ਤਾਂ ਬੱਚਾ ਨੇ ਸ਼ੁਰੂ ਵੀ ਕਰਤਾ ਖਾਣਾ ਤੇ ਹੁਣ ਆਪਾਂ ਇਹਨੂੰ ਇਹਦੇ ਪੀਸ ਕੱਟ ਲੈਣੇ ਆ ਤੁਸੀਂ ਵੀ ਇਸ ਤਰ੍ਹਾਂ ਜੂੜ ਬਣਾ ਕੇ ਟਰਾਈ ਕਰਿਓ ਚਲੋ ਜੀ ਫਿਰ ਅੱਜ ਜਲ ਜਿਹੜੀ ਵੀਡੀਓ ਉਹਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਤੇ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਸ ਤੋਂ ਪਹਿਲਾਂ ਜੇ ਚੈਨਲ ਤੇ ਨਿਊ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖੋ ਜੀ ਕਿੰਨੇ ਵਧੀਆ ਪੀਸ ਨਿਕਲਦੇ ਗਜਰੇਲੇ ਦੇ ਖਾਣ ਨੂੰ ਮਲੋਂ ਵਾਲੀ ਦਿਲ ਕਰਦਾ ਚਲੋ ਜੀ ਫਿਰ ਬਾਏ ਸਸ਼ੀਗਾਲ